वेलकम टू आवर YouTube चैनल स्टडी पंजाब एंड आई एम भूपेंद्र शर्मा आज दी वीडियो ਦੇ ਵਿੱਚ ਆਪਾਂ ਕੀ ਆ ਮਲਟੀਪਲਾਈ ਕਰਨੇ ਸਿੱਖਾਂਗੇ ਕਿਆ ਜਿਹੜੇ ਕੀ ਆਪਣੇ ਲਵੇ ਜਿਵੇਂ ਆਪਾਂ ਲੈ ਲਿਆ ਲਾਸਟ ਡਿਜੀਟ ਦਾ ਲਾਸਟ ਡਿਜੀਟਾਂ ਦਾ ਜੋੜ ਤਾਂ ਕਿ ਆਪਣਾ 10 ਬਣਦਾ ਹੋਵੇ ਤੇ ਜਿਹੜਾ ਮੂਰਲਾ ਡਿਜੀਟ ਹੋ ਕੀ ਹੋਵੇ ਸੇਮ ਹੋਣਾ ਠੀਕ ਹੈ ਜਿਹੜੇ ਕੀ ਆਪਣੇ ਫਸਟ ਡਿਜੀਟ ਤੋਂ ਉਹ ਸੇਮ ਹੋਣ ਤੇ ਲਾਸਟ ਡਿਜੀਟ ਦਾ ਜੋੜ ਕਿੰਨਾ ਹੁੰਦਾ ਹੋਵੇ 10 ਹੁੰਦਾ ਹੋਵੇ ਉਹਨਾਂ ਦੀ ਕੀ ਹੈ ਮਲਟੀਪਲਾਈ ਕਰਾਂ ਹੈ ਠੀਕ ਹੈ ਆਪਾਂ ਇਹਨਾਂ ਦੀ ਕੀ ਹੈ ਮਲਟੀਪਲਾਈ ਕਰਾਂਗੇ ਹੁਣ ਕੀ ਆਪਣਾ ਪਹਿਲਾਂ ਕੀ ਹੈ ਲਾਸਟ ਡਿਜੀਟਾਂ ਦੀ ਆਪਾਂ ਮਲਟੀਪਲਾਈ ਕਰ ਲਾਂ ਲਾਸਟ ਕਿੰਨੇ ਆਪਣੇ 6 ਤੇ 4 ਇਹਨਾਂ ਦੀ ਮਲਟੀਪਲਾਈ ਕਿੰਨੀ ਹੋ ਗਈ ਆਪਣੀ 24 ਹੋ ਗਈ 6 ਚੋਗਾ 24 ਹੋ ਗਿਆ ਤਾਂ ਜਿਹੜਾ ਮੂਰਲਾ 7 ਹੈ ਇਸ ਤੋਂ ਅਗਲਾ ਡਿਜੀਟ ਕਿੰਨਾ ਆਉਂਦਾ ਆਪਣਾ ਇਸ ਤੋਂ ਅਗਲਾ ਕਰਕੇ ਕਿੰਨਾ ਆਉਂਦਾ 8 ਹੁੰਦਾ ਹੈਗਾ ਪਾਸ ਦੇ ਨਾਲ ਇਸ ਨੂੰ ਮਲਟੀਪਲਾਈ ਕਰਦੇ ਆ 7 ਇੰਟੂ 8 ਕਿ ਕਰਿਆ ਕਿੰਨਾ ਆ ਗਿਆ 16 ਆ ਗਿਆ ਆਪਣਾ ਆਨਸਰ ਆ ਗਿਆ ਇਸ ਤਰ੍ਹਾਂ ਆਪਾਂ ਹੋਰ ਦੇਖ ਲੈਨੇ ਆਂ ਜਿਵੇਂ ਆਪਣਾ ਆਪਾਂ ਲਿਆ 53 ਤੇ 57 ਉਹ ਲਾਸਟ ਲਾਸਟ ਅੰਕਾਂ ਦਾ ਜੋੜ ਕਿੰਨਾ ਬਣਦਾ ਹੈ 10 ਬਣਦਾ ਹੈ ਤੇ ਮੂਰਲਿਆ ਅੰਕ ਵੀ ਨੇ ਸੇਮ ਨੇਗੇ ਤਾਂ ਲਾਸਟ ਅੰਕਾਂ ਦੀ ਗੁਣਾ 7 21 ਮੂਰਲਿਆ ਅੰਕਾਂ ਦੀ ਅਗਲੇ ਅੱਖਰ ਨਾਲ ਗੁਣਾ 5 ਤੋਂ ਅਗਲਾ ਅੱਖਰ ਕਿੰਨਾ ਹੁੰਦਾ ਹੈ 6 ਹੁੰਦਾ 6 ਨਾਲੇ ਜੀ ਗੁਣਾ ਠੀਕ ਹੈ ਤੇ ਆਪਾਂ ਗਏ ਇਸ ਦਾ ਆਪਾਂ ਹੋਰ ਦੇਖ ਲੈਨੇ ਆਂ ਆਪਾਂ ਲੜਿਆ 82 ਤੇ 88 ਹੁਣ ਕੇ ਲਾਸਟ ਅੰਕ ਕੀ ਹੈ ਮੂਰਲਿਆ ਅੱਖਰ ਸੇਮ ਨੇ ਲਾਸਟ ਅੱਖਰ ਜੋੜ ਕੇ ਨਾ ਬਣਦਾ ਹੈ 10 ਬਣਦਾ ਹੈ 88 ਦੀ ਦੋਨਾਂ ਗੁਣਾ 16 8 ਤੋਂ ਅਗਲਾ ਅੱਖਰ 998 ਹਨਾਗਾ ਜੀ 7216 ਇਹ ਤਾਂ ਹੈਗਾ ਜਦੋਂ ਕਿ ਆਪਣਾ ਮੂਰਲਾ ਅੱਖਰ ਸੇਮ ਹੋਵੇ ਤੇ ਲਾਸਟ ਅੱਖਰਾਂ ਦਾ ਜੋੜ 10 ਬਣਦਾ ਹੋਵੇ ਹੁਣ ਇਸ ਤੋਂ ਇਲਾਵਾ ਕਿ ਆਪਾਂ ਉਹ ਅੱਖਰ ਉਹ ਦੇਖਦੇ ਹਾਂ ਜਨਾਂ ਦਾ ਜੋੜ 10 ਨਾ ਬਣਦਾ ਵੀ ਤੇ ਮੂਰਲਾ ਅੱਖਰ ਵੀ ਕੋਈ ਹੋਰ ਹੋਵੇ ਠੀਕ ਆਪਾਂ ਉਹਨਾਂ ਦੀ ਗੁਣਾ ਕਰਦੇ ਹਾਂ ਹੁਣ ਇਹਨਾਂ ਪੰਜ ਲੈ ਲ ਗਏ ਪੰਜ ਛੋਟੀਆਂ ਰਕਮ ਲੈ ਲਿਆ 1 2 3 4 ਆਪਾਂ ਕਿੰਨਾਂ ਦੀ ਮਲਟੀਪਲਾਈ ਵੈਂਡ ਕਰਨੀ ਹੈ ਸਾਰਿਆਂ ਤੋਂ ਪਹਿਲਾਂ ਕਿ ਆਪਾਂ ਨੂੰ ਲੰਮਾ ਮੈਥਡ ਕਰਦੀ ਲੋੜ ਨਹੀਂ ਪਈ ਛੋਟਾ ਮੈਥਡ ਕਰਦੇ ਆ ਸਾਰਿਆਂ ਤੋਂ ਪਹਿਲਾਂ ਇਹਨਾਂ ਦੋਨਾਂ ਦੀ ਗੁਣਾ 4 2 8 ਠੀਕ ਹੈ ਜੀ ਹੁਣ ਉਸ ਤੋਂ ਬਾਅਦ ਇਹਦੀ ਏਜ ਨਾਲ ਗੁਣਾ ਇਸ ਦੀ ਇਸ ਦੇ ਨਾਲ ਗੁਣਾ ਉਹਨਾਂ ਨੂੰ ਕਿ ਆਪਾਂ ਪਲੱਸ ਕਰਦੇ 4 1 4 3 2 6 4 3 12 10 ਠੀਕ ਹੈ ਜੀ ਕਿੰਨਾ ਆ ਗਿਆ 10 ਉਹਨਾਂ ਦੀ ਗੁਣਾ ਤਿੰਨੇ ਕਮ 3 ਉਹਨਾਂ ਨੂੰ ਕਰ ਲਓ 8 ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਆਪਣਾ 400 ਅੱਠ ਠੀਕ ਹੈ ਇਹ ਕਿ ਨਾ ਗਿਆ ਆਪਣਾ 408 ਇਸ ਤਰ੍ਹਾਂ ਆਪਾਂ ਗਿਆ ਉਹ ਰੱਖ ਰੰ ਹੋਰ ਅੰਕ ਲੈ ਲੈਨੇ ਨੇ ਮੈਂ ਆਪਾਂ ਇਸ ਤੋਗੇ ਲੈ ਲਿਆ 5 6 7 8 ਆਪਾਂ ਇਹਨਾਂ ਦੀ ਗਿਆ ਗੁਣਾ ਕਰਦੇ ਹਾਂ ਹੁਣ ਸਾਰੇ ਦਾ ਪਹਿਲਾ ਲਾਸਟ ਅੱਖਰਾਂ ਦੀ 8 ਦੀ 6 ਨਾਲ ਕੀਤੀ 48 ਠੀਕ ਹੈ ਹੁਣ ਇਹਨਾਂ ਨੂੰ ਗੁਣਾ ਤੇ ਪਲੱਸ ਕਰ ਲਾਂ 8 5 40 71 42 40 ਤੇ 42 82 ਠੀਕ ਹੈ ਜੀ 7 ਦੇ 5 5 ਦੀ ਗੁਣਾ 7 5 35 ਲਾਸਟ ਪਲੇਸ ਦਾ 6 13 ਜਿਹੜਾ ਇੱਕ ਵਜਾ ਆਪਾਂ ਅੱਗੇ ਪਲੱਸ ਕਰਦਿਆਂ ਕਿੰਨਾ ਆ ਗਿਆ ਆਪਣਾ 4368 ਇਹ ਕਿ ਆਪਾਂ ਇਹਨਾਂ ਨੂੰ ਮਲਟੀਪਲਾਈ ਕਰਨੀ ਕਿ ਆਪਣੀ ਸ਼ਾਰਟ ਟ੍ਰਿਕ ਹੈਗੀ ਆਪਾਂ ਨੂੰ ਕਿ ਲੌਂਗ ਮੈਥਡ ਵਰਤਣਾ ਨਾਲੋਂ ਕਿ ਆਪਣੀ ਸ਼ਾਰਟ ਟ੍ਰਿਕ ਠੀਕ ਹੈਗੀ ਆਪਾਂ ਪਹਿਲਾਂ ਕੀ ਹੈ ਲਾਸਟ ਅੰਕਾਂ ਦੀ ਗੁਣਾ ਜਿੰਨਾ ਆ ਗਿਆ ਆਪਾਂ ਲਿਖ ਲਿਆ ਉਸ ਤੋਂ ਬਾਅਦ ਕੀ ਹੈ ਦੂਜੀ ਪਹਿਲੇ ਦੀ ਲਾਸਟ ਨਾਲ ਦੂਜੇ ਦੀ ਇਧਰਲੇ ਨਾਲ ਗੁਣਾ ਕਰਕੇ ਆਪਾਂ ਉਹਨਾਂ ਨੂੰ ਪਲੱਸ ਕਰ ਲਏ 85 40 742 ਨੂੰ ਪਲੱਸ ਕੀਤਾ ਕਿੰਨਾ ਆ ਗਿਆ 82 ਤੇ ਪਹਿਲੇ ਦੀ ਗੁਣਾ 7 ਵਾ 35 ਉਸ ਤੋਂ ਬਾਅਦ ਕੀ ਲਾਸਟ ਡਿਜੀਟ ਲਿਆ ਪਾਠਾ ਇਸ ਡਿਜੀਟ ਨਾਲ ਕੇ ਪਲੱਸ ਕਰਤਾ 6 ਅੱਤ ਨੂੰ ਪੰਜ ਨਾਲ ਅੱਗੇ ਪਲੱਸ ਕਰਦਾ ਪੰਜ ਨਾਲ ਗਿਆ 13 1 ਵਾਜ ਗਿਆ ਅੱਗੇ ਪਲੱਸ ਹੋ ਗਿਆ ਠੀਕ ਹੈ ਇਹ ਗਿਆ ਆਪਣੀ ਦੋ ਅੰਕਾਂ ਦੇ ਗੁਣਾ ਕਰਨ ਦੀ ਠੀਕ ਹੈ ਜਦੋਂ ਕਿ ਆਪਾਂ ਦੋ ਅੰਕਾਂ ਦੀਆਂ ਸੰਖਿਆ ਨੂੰ ਗਿਆ ਗੁਣਾ ਕਰਨੀ ਹੈ ਹੁਣ ਆਪਾਂ ਇਸ ਤਰ੍ਹਾਂ ਅੱਗੇ ਦੇ ਦੇ ਤਾਂ ਕਿ ਆਪਣਾ ਮਲਟੀਪਲਾਈ ਦਾ ਮੈਥਡ ਜਦੋਂ ਆਪਾਂ ਗਿਆ ਮਲਟੀਪਲਾਈ ਕਰਨਾ ਆਪਾਂ ਇੱਕ ਨਵੀਂ ਚੀਜ਼ ਦੇ ਦੇ ਆਪਾਂ ਨੂੰ ਜਿਆਦਾਤਰ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਬਾਰ கான்ਸੈਪਟ ਜਿਹੜਾ ਜੀ ਆਪਣਾ 12 ਹੁਣ ਆਪਣਾ ਕੀ ਹੈ ਅੰਕਾਂ ਦੇ ਉੱਪਰ ਕੀ ਹੈ ਬਾਰ ਲੱਗਾ ਹੁੰਦਾ ਹੈ ਜਿਵੇਂ ਆਪਾਂ ਲੈ ਲਿਆ 0.1 ਚਾਰ ਦੇ ਉੱਪਰ ਕੀ ਲੱਗਾ ਹੋਇਆ ਵਾਰ ਆਪਾਂ ਨੂੰ ਪੁੱਛਿਆ ਵੀ ਇਸਦਾ ਆਨਸਰ ਦੱਸੋ ਠੀਕ ਹੈ ਜੀ ਕੀ ਦੱਸੋ ਆਨਸਰ ਹੁਣ ਆਪਣਾ ਕੀ ਹੈ ਜਿਹੜਾ ਚਾਰ ਆਪਾਂ ਉਹ ਕੀ ਹੈ ਉੱਪਰ ਲੈ ਲਿਆ ਹੁਣ ਕੀ ਕਿੰਨੇ ਅੰਕਾਂ ਦੇ ਵਾਰ ਹੈ ਇੱਕ ਅੰਕ ਦੇ ਤਾਂ ਇੱਕ ਅੰਕ ਦਾ ਕੀ ਆਜੂਗਾ ਲਓ ਜਿੰਨੇ ਅੰਕਾਂ ਦੇ ਵਾਰੂਗਾ ਉਹਨਾਂ ਅੰਕਾਂ ਦਾ ਭਾਗੀ ਲੈ ਲਾਂਗੇ 9 ਜਿਵੇਂ ਅੱਗੇ ਲੈ ਲਿਆ ਆਪਾਂ 0.12 ਦਾ ਕੀ ਲੈ ਲਏ ਜੇ ਆਪਾਂ ਬਾਹਰ ਲੈ ਲਿਆ ਹੁਣ ਜਿਹੜਾ ਕੀ 12 ਆਪਣਾ ਉੱਪਰ ਆ ਗਿਆ نیچے ਕਿੰਨੇ ਅੰਕਾਂ ਦੇ ਵਾਰ ਹੈ ਦੋ ਤੇ ਦੋ ਲੱਗ ਗਿਆ ਆ ਗਿਆ ਦੋ ਨੇ ਠੀਕ ਹੈ ਗਿਆ ਗਿਆ 99 ਇਹਦਾ ਇੱਕ ਤੀ ਜਦੋਂ ਅੰਕਾਂ ਦੇ ਬਾਰ ਹੋਵੇ ਸਾਰੇ ਤੇ ਜਿੰਨਵੇਂ ਆਪਣੇ ਕੋਲ ਦੋ ਅੰਕ ਨੇ ਦੋਨਾਂ ਦੇ ਕੀ ਹੈ 12 ਇਸ ਤੋਂ ਬਿਨਾ ਆਪਾਂ ਦੇਖਦੇ ਆਂ ਵੀ ਇੱਧਰ ਲਾ ਗੀ ਆਪਣੀ ਜ਼ੀਰੋ ਨਾਲ ਆਪਾਂ ਗਿਆ ਕੋਈ ਵੈਲਿਊ ਲੈ ਲਿਆ ਜਿਵੇਂ ਆਪਾਂ ਲੈ ਲਿਆ 213 ਲੈ ਲਿਆ ਆਪਾਂ ਇਸ ਤਿੱ ਗਿਆ ਬਾਹਰ ਲਾ ਲਿਆ ਹੁਣ ਉੱਪਰ ਕਿੰਨਾ ਆਊਗਾ ਆਪਣਾ ਅੰਕ ਸੰਖਿਆ ਕਿੰਨੀ ਆਵਣੀ 200 ਕਿੰਨਾ ਜੀ ਆਪਣਾ 13 ਠੀਕ ਹੈ ਕਿੰਨਾ ਆਪਣਾ 213 ਨੀਚੇ ਆਪਣਾ ਦੋ ਅੰਕਾਂ ਦਾ ਕਿੰਨਾਗਾ 99 ਪਰ ਇਸ ਦੇ ਵਿੱਚ ਆਪਾਂ ਕਰਨਾ ਕੀ ਹੈ ਠੀਕ ਹੈ ਜੀ ਕੀ ਕਰਨਾ ਆਪਾਂ ਜਿਹੜੀ ਕੀ ਆਪਣੀ ਕੀ ਹੈ ਸੰਖਿਆ ਬਾਰ ਦੇ ਵਿੱਚ ਹੈ ਜਿਹੜੀ ਇਹ ਸੰਖਿਆ ਆਪਣੀ ਕੀ ਹੈ ਬਾਰ ਤੋਂ ਬਿਨਾ ਉਸ ਨੂੰ ਆਪਾਂ ਕੀ ਕਰ ਦੇਣਾ ਇਸ ਦੇ ਵਿੱਚੋਂ ਮਾਈਨਸ ਕੀ ਹੈ ਜੀ ਜਿਹੜੀ ਸੰਖਿਆ ਕੀ ਆਪਣੀ ਬਾਰ ਤੋਂ ਬਿਨਾ ਹੈ ਉਸ ਨੂੰ ਹੀ ਕਰ ਦੇਣਾ ਆਪਾਂ ਮਾਈਨਸ ਹੁਣ ਆਪਾਂ ਇਸ ਨੂੰ ਮਾਈਨਸ ਕੀਤਾ ਕਿੰਨਾ ਆ ਗਿਆ ਇਹ ਕੀ ਆ ਗਿਆ ਆਪਣਾ ਅਨਸਰ ਠੀਕ ਹੈ ਜਿਹੜੀ ਕੀ ਸੰਖਿਆ ਬਾਰ ਤੋਂ ਬਿਨਾ ਉਸ ਨੂੰ ਆਪਾਂ ਕੀ ਟੋਟਲ ਸੰਖਿਆ ਦੇ ਵਿੱਚੋਂ ਮਾਈਨਸ ਕਰ ਦੇਣਾ ਠੀਕ ਹੈ ਪੱਗ ਦੇ ਦੇ ਦਨ ਨੂੰ ਜੇ ਹੁਣ ਆਪਏ ਐਸੇ ਚ ਲੈ ਲਿਆ 2.1 23 ਠੀਕ ਹੈ ਕਿ ਆਪਾਂ ਬਾਹਰ ਲੈ ਲਿਆ ਦੋ ਅੰਕਾਂ ਦੇ ਆਪਾਂ ਕੀ ਹੈ ਮੂਰੇ ਇੱਕ ਅੰਕ ਛੜਤਾ ਪੁਆਇੰਟ ਤੋਂ ਬਾਅਦ ਆਪਾਂ ਗਿਆ ਉਹਨਿਸ ਦਾ ਦੇਖਦੇ ਹਾਂ ਹੁਣ ਸਾਰੇ ਤੋਂ ਪਹਿਲਾਂ ਆਪਣੀ ਕੀ ਹੈ ਸੰਖਿਆ 2123 ਠੀਕ ਹੈ ਹੁਣ ਆਪਾਂ ਇਸ ਦੇ ਵਿੱਚੋਂ ਕੀ ਮਾਈਨਸ ਕਰਨਾ ਹੈ ਬਿਨਾਂ ਵਾਰ ਵਾਲਾ ਬਿਨਾਂ ਵਾਰ ਵਾਲਾ ਕਿੰਨਾ ਹੈ 2 ਤੇ 1 ਮਤਲਬ 21 ਹੁਣ ਨੀਚੇ ਹੁਣ ਬਾਹਰ ਕਿੰਨੇ ਅੰਕਾਂ ਦੇ ਬਣਾ ਦੋ ਤੇ ਦੋ ਤਿੰਨ ਆਏ ਆ ਗਏ ਪਰ ਹੁਣ ਪੁਆਇੰਟ ਤੋਂ ਬਾਅਦ ਆਪਣੇ ਕੋਲ 12 ਤੋਂ ਬਿਨਾ ਵੀ ਇੱਕ ਸੰਖਿਆ ਬਚ ਰਹੀ ਹੈ ਤਾਂ ਉਸ ਦੀ ਕੀ ਆ ਜੋ ਆਪਣੇ ਲਵੇ 0 ਬਿਨਾ ਵਾਰ ਵਾਲੀ ਸੰਖਿਆ ਦੀ ਕੀ ਆ ਜੋ ਆਪਣੇ ਲਵੇ 0 ਪਰ ਜਿਹੜੀ ਕਿ ਸੰਖਿਆ ਕਿੱਥੇ ਹੋਣੀ ਚਾਹੀਦੀ ਹੈ ਪੁਆਇੰਟ ਤੋਂ ਅੱਗੇ ਠੀਕ ਹੈ ਕਿ ਪੁਆਇੰਟ ਤੋਂ ਬਾਅਦ ਚੋਣੀ ਚਾਹੀਦੀ ਉਸ ਦਾ ਕੀ ਆ ਜੋ ਆਪਣਾ 0 ਹੁਣ ਆਪਾਂ ਇਸ ਨੂੰ ਕੀ ਮਾਈਨਸ ਕੀਤਾ ਕਿੰਨਾ ਆ ਗਿਆ 2102 990 ਠੀਕ ਹੈ ਇਸ ਵਿੱਚ ਆਪਾਂ ਕੀ ਕੀਤਾਗਾ ਸਭ ਤੋਂ ਪਹਿਲਾਂ ਆਪਾਂ ਸੰਖਿਆ ਲੈ ਲਈ ਜਿਹੜੀ ਕਿ ਆਪਾਂ ਨੂੰ ਦਿੱਤੀ ਹੋਈ ਹੈ 2123 ਆਪਾਂ ਇਸ ਦੀ ਲੈ ਲਿਆ ਉਸ ਤੋਂ ਬਾਅਦ ਜਿਹੜਾ ਕਿ ਆਪਣਾ ਬਿਨਾ ਬਾਰ ਤੋਂ ਸੰਖਿਆ 21 ਆਪਣਾ ਕੀ ਕੀਤਾਗਾ ਬਿਨਾ ਬਾਰ ਤੋਂ ਉਸ ਨੂੰ ਕਿ ਆਪਾਂ ਮਾਈਨਸ ਕਰਤਾ ਉਸ ਤੋਂ ਹੇਠਾਂ ਨੀਚੇ ਦੇ ਦਿਆ ਹੁਣ ਆਪਾਂ ਕਿੰਨੇ ਅੰਕਾਂ ਦੇ ਉੱਪਰ ਬਾਰ ਆਇਆ ਦੋ ਅੰਕਾਂ ਦੇ ਉਸ ਦੇ ਕਿ ਅੱਗੇ ਦੋ ਨਾਏ ਹੁਣ ਪੁਆਇੰਟ ਤੋਂ ਬਾਅਦ ਕਿੰਨੇ ਅੰਕ ਨੇ ਜਿਹਨਾਂ ਦੇ ਉੱਪਰ ਬਾਰ ਨਹੀਂ ਹੈਗਾ ਕਿੰਨੇ ਅੰਕ ਨੇ ਇੱਕ ਅੰਕ ਹੈਗਾ ਉਸ ਦੀ ਕਿ ਆ ਗਈ 0 ਆਪਾਂ ਕਿ ਪ੍ਰੋਸ ਨੂੰ ਕੀ ਕੀਤਾ ਇੱਕ ਦੇ ਇਸ ਇੱਕ ਮਾਈਨਸ ਕਰਤਾ ਕਿੰਨਾ ਆ ਗਿਆ 2102 ਵਟੇ 990 ਕੀ ਆਪਣਾ ਆਨਸਰ ਆਏਗਾ ਇੱਥੇ ਠੀਕ ਹੈ ਕੀ ਹੈਗਾ ਕੀ ਆਪਣਾ ਇਹ ਬਾਅਰ ਕਨਸੈਪਟ ਜਦੋਂ ਕੀ ਬਾਹਰ ਲੱਗਾ ਹੁੰਦਾ ਅੰਕਾਂ ਦੇ ਹੁਣ ਆਪਾਂ ਇੱਕ ਚੀਜ਼ ਨਵੀਂ ਦੇਖਦੇ ਹਾਂ ਆਪਾਂ ਨੂੰ ਇੱਕ ਰਕਮ ਦਿੱਤੀ ਹੁੰਦੀ ਹੈ ਅੰਡਰ ਰੂਟ ਦੇ ਵਿੱਚ ਠੀਕ ਆਪਾਂ ਨੂੰ ਰਕਮ ਦਿੱਤੀ ਪਲੱਸ ਚ ਠੀਕ ਆ ਇਸ ਤਰ੍ਹਾਂ ਆਪਾਂ ਨੂੰ ਐਸਟੀ ਅੱਗੇ ਕਰਕੇ ਸੋ ਹਣ ਦਿੱਤਾ ਹੁੰਦਾ ਹੈਗਾ ਦੇਖ ਕੇ ਅੱਗੇ ਦੀ ਚੱਲ ਰਹੀ ਆਪਾਂ ਨੂੰ ਜਿਹਦਾ ਗਿਆ ਸਕੁਅਰ ਰੂਟ ਆਪਾਂ ਨੂੰ ਆਨਸਰ ਆਨਸਰ ਬੱਚਾ ਹੁੰਦਾ ਵੀ ਆਨਸਰ ਦੱਸੇ ਚ ਲੱਗੀ ਹੈ ਤਾਂ ਆਪਾਂ ਸਾਰੇ ਤੋਂ ਪਹਿਲਾਂ ਦੇਖ ਲੈਣਾ ਵੀ ਜਿਹੜਾ 6 ਦੇ ਮਲਟੀਪਲ ਕਿਹੜੇ-ਕਿਹੜੇ ਨੇ 6 ਦੇ ਕਿਹੜੇ ਕਿਹੜੇ ਮਲਟੀਪਲ ਨੇ ਹੁਣ ਕਿਹੜੇ ਕਿਹੜੇ ਨੂੰ ਜਮਨੇ 2 ਤੇ 3 ਠੀਕ ਹੈ ਜੀ ਕਿਹੜੇ ਕਿਹੜੇ ਮਲਟੀਪਲ ਨੇ 2 ਤੇ 3 ਨੇ ਤਾਂ ਹੁਣ ਆਪਾਂ ਨੂੰ ਕੀ ਕਰਦੇ ਆਪਾਂ ਪਲੱਸ ਜੇ ਆਪਾਂ ਪਲੱਸ ਕਰ ਰਹੇ ਆ ਤਾਂ ਆਪਣਾ ਕੀ ਆ ਆਪਾਂ ਜਿਹੜਾ ਵੱਡਾ ਡਿਜੀਟ ਆ ਪਾਉ ਲੈਲਾ ਹੈ ਕਿੰਨਾ ਆਪਣਾ ਵੱਡਾ ਮਲਟੀਪਲ ਕਿਹੜਾ 3 ਹੈਗਾ ਕਿੰਨਾ ਅਜਦਾ ਆਪਣਾ ਆਨਸਰ ਕਿੰਨਾ ਆ ਗਿਆ 3 ਠੀਕ ਹੈ ਜੀ ਕਿੰਨਾ ਆਨਸਰ ਆ ਗਿਆ ਆਪਣਾ 3 ਆ ਗਿਆ ਇਹ ਤਾਂ ਹੈਗਾ ਜਦੋਂ ਆਪਾਂ ਨੂੰ ਕੀ ਦਿੱਤਾ ਹੁੰਦਾ ਪਲੱਸ ਹੁਣ ਜਦੋਂ ਆਪਾਂ ਨੂੰ ਇਸ ਦੇ ਵਿੱਚ ਮਾਈਨਸ ਦਿੱਤਾ ਹੋਊਗਾ ਕਿ ਜੇ ਤੋ ਆਪਾਂ ਨੂੰ ਮਾਈਨਸ ਠੀਕ ਹੈ ਹੁਣ ਕਿ ਸੋ ਹੁਣ ਅੱਗੇ ਸੀਰੀਜ਼ ਆਪਣੀ ਕੀ ਹੈ ਚੱਲ ਰਹੀ ਹੋਗੀ ਤਾਂ ਇਸ ਦੇ ਵਿੱਚ ਆਪਾਂ ਨੂੰ ਕੀ ਆਨਸਰ ਪੁੱਛਿਆ ਹੋਇਆ ਹੈ ਜਵਾਂਸਰ ਕਿਹਣਾ ਪੈਸ ਦੇ ਕੇ ਮਲਟੀਪਲ ਦੇਖ ਰਿਹਾ ਕਿੰਨੇ ਹੋਗੇ 2 ਤੇ 3 ਠੀਕ ਹੈ ਜਦੋਂ ਤਾਂ ਆਪਾਂ ਪਲੱਸ ਕੀਤਾ ਹੋ ਤਾਂ ਬੰਨਾ ਵੱਡਾ ਮਲਟੀਪਲ ਆ ਗਿਆ 3 ਆਨਸਰ ਆ ਗਿਆ ਹੁਣ ਆਪਾਂ ਕੀ ਇਹ ਮਾਈਨਸ ਕਰ ਰਹੇ ਹਾਂ ਤਾਂ ਹਣ ਆਪਾਂ ਕਿਹੜਾ ਮਲਟੀਪਲ ਲਾਵਾਂਗੇ ਛੋਟਾ ਕੀ ਕਰ ਰਹੇ ਆਪਾਂ ਮਾਈਨਸ ਕਰ ਰਹੇ ਆਪਾਂ ਛੋਟਾ ਮਲਟੀਪਲ ਲਾਵਾਂਗੇ ਤਾਂ ਆਨਸਰ ਆਜੂਗਾ ਇਸ ਦਾ ਦੋ ਕਿ ਆਨਸਰ ਆਜੂਗਾ ਇਸ ਦਾ ਆਪਣਾ ਦੋ ਆਜੂਗਾ ਠੀਕ ਹੈ ਤਾਂ ਇਹ加 ਪਲੱਸ ਮਾਈਨਸ ਇੱਕ ਚੀਜ਼ ਆਪਣੇ ਲੈ ਵਿੱਚ ਦੇ ਵਿੱਚ ਕੀ ਹੋਰ ਹੁੰਦੀ ਹੈ ਮਲਟੀਪਲਾਈ ਕਿੰਨਾ ਜੀ ਆਪਣੇ ਕੋਲ ਮਲਟੀਪਲਾਈ ਇਹ ਤਾਂ ਇਹਦਾ ਪਲੱਸ ਮਾਈਨਸ ਆਪਾਂ ਦੇ ਇਹਦਾ ਮਲਟੀਪਲਾਈ ਆਪਾਂ ਨੂੰ ਮਲਟੀਪਲਾਈ ਦੇ ਕੇ ਆਪਾਂ ਨੂੰ ਦਿੱਤਾ ਹੁੰਦਾ ਹੈਗਾ ਠੀਕ ਹੈ ਜਮਨੇ ਗਿਆ ਸੀਰੀਜ਼ ਹੋ ਸੋਣ ਗਿਆ ਚੱਲ ਰਹੀ ਹੁੰਦੀ ਹੈ ਜਦੋਂ ਕਿ ਨੇ ਇਹ ਮਲਟੀਪਲਾਈ ਚ ਨਹੀਂ ਹੈ ਜਦੋਂ ਗਾਜ ਨੇ ਮਲਟੀਪਲਾਈਂਡਾ ਆਪਣਾ ਆਨਸਰ ਕਿਉਂ ਜਿੰਨੀ ਸੰਖਿਆ ਉਹੀ ਕਿਉਂਗਾ ਆਪਣਾ ਆਨਸਰ ਹੋਊਗਾ ਜਦੋਂ ਤਾਂ ਆਪਣਾ ਗਿਆ ਪਲੱਸ ਦੇ ਵਿੱਚ ਦਿਓ ਤਾਂ ਆਪਾਂ ਕੀ ਕੀਤਾ ਜਿਹੜੀ ਕਿ ਆਪਣਾ ਮਲਟੀਪਲ ਦੇਖ ਲੈ ਆਪਾਂ 6 ਦੇ ਮਲਟੀਪਲ ਕਿਹੜੇ ਕਿਹੜੇ ਹੁੰਦੇ ਨੇ 2 3 3 ਤਾਂ ਜਦੋਂ ਤਾਂ ਪਲੱਸ ਸੀ ਆਪਾਂ ਵੱਡਾ ਮਲਟੀਪਲ ਲੈ ਲਿਆ 3 ਆਨਸਰ ਆ ਗਿਆ ਜਦੋਂ ਮਾਈਨਸ ਸੀ ਤਾਂ ਆਪਾਂ ਛੋਟਾ ਮਲਟੀਪਲ ਲੈ ਲਿਆ ਕਿੰਨਾ ਜੂਆ 3 ਆ ਜੂਆ ਜਦੋਂ ਆਪਾਂ ਨੂੰ ਮਲਟੀਪਲਾਈ ਦੇ ਵਿੱਚ ਦੇ ਤਾਂ ਕੀ ਆ ਜੂਆ ਜਿਹੜੇ ਬਣੂ ਬੈਲੇ ਵਿੱਚ ਦਿੱਤੇ ਹੋਏ ਉਹੀ ਕਿਉਂਗਾ ਆਪਣਾ ਆਨਸਰ ਹੋਵੇ 6 ਕਿਉਂਗੀ 6 ਕਿਉਂਗਾ ਜੀ ਆਪਣਾ ਆਨਸਰ ਹੋ ਗਿਆ ਠੀਕ ਹੈ ਅੱਜ ਦੀ ਵੀਡੀਓ ਜੇ ਅਪਾਕੇ ਦੇਖਿਆ ਮਲਟੀਪਲਾਈ ਦੇਖ ਲਿਆ ਵਾਰ ਦੇਖ ਲਿਆ ਤੇ ਆਪਣੇ ਅੰਡਰ ਰੂਟ ਵਾਲੇ ਦੇਖ ਲਏ ਠੀਕ ਹੈ ਜੇ ਦੀ ਆਪਣੀ ਅੱਜ ਦੀ ਵੀਡੀਓ ਮੀਡ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਨਾਲ ਹੀ ਨਾਲ ਆਪਣੇ YouTube ਚੈਨਲ ਸਟੱਡੀ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ